47 ਉੱਚੀ ਬੋਲਿਆ ਥੋੜਾ ਜਿਹਾ 47 44 44 44 ਹਾਂਜੀ ਅੱਗੇ ਬਿਸਮਿਲ੍ਲਾ ਰਹਿਮਾਨ ਰਹੀਮ ਅਸਲਾਮ ਵਾਲੇਕਮ ਆਪ ਦੇਖ ਰਹੇ ਮੇਰਾ ਯੂਟਿਊਬ ਚੈਨਲ ਅਰਨ ਫਰਾਮ ਬੈਫਲੋ ਔਰ ਮੈਂ ਆਪਕਾ ਮੇਜ਼ਬਾਨ ਅਬੂ ਕਾਸ਼ਾ ਅੱਛਾ ਜੀ ਲੋਕੇਸ਼ਨ ਜਿਹੜੀ ਅੱਜ ਹੈਗੀ ਆਪਣੀ ਗੈਂਬਰ ਮੰਡੀ ਹੈ ਅਤੇ ਇੱਥੇ ਭਾਈ ਮੋਸਲ ਕੋਲ ਮੌਜੂਦ ਹਾਂ ਉਹਨਾਂ ਕੋਲ ਮਾਸ਼ਾਅੱਲਾ ਝੋਟੀ ਹੈ ਦੂਜੇ ਨੇ ਕਰਮ ਵਾਲੀ ਬੜੀ ਖੂਬਸੂਰਤ ਹੈ ਅਤੇ ਮਾਸ਼ਾਅੱਲਾ ਜਿੰਨੀ ਵੀ ਆਖੀ ਹੈ ਮਾਸ਼ਾਅੱਲਾ ਉੱਨੀ ਖੂਬਸੂਰਤ ਹੈ ਕਰਮ ਵਾਲੀ ਅਤੇ ਜਿਹੜੀ ਕੱਲ੍ਹ ਰਾਸ ਹੋਈ ਹੈ ਕੱਲ੍ਹ ਰਾਸ ਹੋਈ ਹੈ ਮਗਰ ਇਹਨੇ ਕੱਟਿਆ ਅਤੇ ਮਾਸ਼ਾਅੱਲਾ ਹਲੇ ਬੋਲੇ ਵਿੱਚ ਹੈਗੀ ਹੈ ਅਤੇ ਬੜੀ ਸੋਹਣੀ ਹੈ ਮਾਸ਼ਾਅੱਲਾ ਇਸ ਮੰਡੀ ਫਿਰਦੇ ਅਤੇ ਮਾਸ਼ ਜਾਨਵਰ ਵਗੈਰਾ ਵਹਿੰਦੇ ਰਹਿੰਦੇ ਆ ਅਤੇ ਕੋਸ਼ਿਸ਼ ਇਹੀ ਹੁੰਦੀ ਜਿਹੜਾ ਜਾਨਵਰ ਆਪ ਨੂੰ ਸੋਹਣਾ ਲੱਗੇ ਤੁਹਾਨੂੰ ਵੀ ਵਿਖਾਇਆ ਜਾਵੇ ਉਹੀ ਜਾਨਵਰ ਵਿਖਾਇਆ ਜਾਵੇ ਅਤੇ ਮਾਸ਼ਾਅੱਲਾ ਮੁਲਸ਼ੋਲ ਵੀ ਪੁੱਛਿਆ ਮੁਲਸ਼ੋਲ ਵੀ ਉਹਨਾਂ ਨੇ ਜਾਇਜ਼ ਮਤਲਬ ਕੀਤਾ ਲੋਕਾਂ ਤਰ੍ਹਾਂ ਮੁੱਲ ਨਹੀਂ ਕੀਤੇ ਵੀ ਇੱਕ ਜਾਨਵਰ ਲੈ ਆਉਂਦਾ ਉਹਦਾ ਮੁੱਲ ਫਿਰ ਵਧਾ ਚੜਾ ਕੀਤਾ ਜਾਵੇ ਅਤੇ ਇਸ ਮਾਸ਼ਾਅੱਲਾ ਜਿਹੜੀ ਖਲੋਤੀ ਸੀ ਉਹ ਝੋਟੀ ਮਾਸ਼ਾਅੱਲਾ ਬੜੀ ਖੂਬਸੂਰਤ ਕੱਦ ਬਹੁਤ ਬੜਾ ਲੰਮੀ ਬੜੀ ਅਤੇ ਗਿੱਠ ਗਿੱਠ ਡੇਢ ਗਿੱਠ ਪਛਮ ਝੋਟੀ ਚੈੱਕ ਕਰ ਲਓ ਜੀ ਮਾਸ਼ਾਅੱਲਾ ਪਿਓਰ ਨੀਲੀ ਦੀ ਝੋਟੀ ਹੈ ਚਿੱਟੀਆਂ ਸ਼ਫੈਦ ਅੱਖਾਂ ਸਿੰਘ ਥੋੜ੍ਹਾ ਜਿਹਾ ਖੁੱਲ੍ਹਾ ਰੱਖਦੀ ਅਤੇ ਚੂਰ ਕੁੰਡਾ ਕਰਮਾਲੀ ਦਾ ਬੜੀ ਖੂਬਸੂਰਤ ਝੋਟੀ ਮਾਸ਼ਾਅੱਲਾ ਗਿੱਠ ਗਿੱਠ ਡੇਢ ਡੇਢ ਗਿੱਠ ਝੋਟੀ ਦੇ ਪਛਮ ਹੈ 5 ਤੋਂ 5.5 ਫੁੱਟ ਕੱਦ ਦੇ ਅਤੇ ਮਾਸ਼ਾਅੱਲਾ ਜਿਹੜੇ ਥੱਲੋਂ ਲਿਬਾਸ ਹੈ ਕਰਮਾਲੀ ਦਾ ਗਿੱਠ ਗਿੱਠ ਡੇਢ ਡੇਢ ਗਿੱਠ ਬਾਹਰ ਹੈ ਜੀ ਚੈੱਕ ਕਰੋ ਜੀ ਥਨ ਮੁੱਠ ਮੁੜਦਾ ਲੋਕੀ ਆਹ ਦਿੰਦੇ ਨੇ ਵੰਡਾ ਗਿੱਠ ਗਿੱਠ ਅਤੇ ਲੇਕਿਨ ਮਾਸ਼ਾਅੱਲਾ ਦੀਆਂ ਕਰਮਾਲੀਆਂ ਗਿੱਠ ਗਿੱਠ ਡੇਢ ਡੇਢ ਗਿੱਠ 'ਤੇ ਵੰਡਾ ਨੇ ਚੈੱਕ ਕਰੋ ਜੀ ਮਾਸ਼ਾਅੱਲਾ ਕਰਮਲ ਅੱਡੀਆਂ ਅੱਡਾ ਆੜਕਾਰ ਚੈੱਕ ਕਰੋ ਬੜੀਆਂ ਅੱਡੀਆਂ ਚੰਗੀਆਂ ਨੇ ਇੱਕੋ ਹੀ ਅੱਡੀ ਹੈ ਪੂਛਲ ਪੈਰਾਂ ਤੱਕ ਹੈ ਜੀ ਅਤੇ ਮਾਸ਼ਾਅੱਲਾ ਕੱਦ ਬਹੁਤ ਬੜਾ ਲਾਮ ਬੜੀ ਹੈ ਸੋਹਣੀ ਰੱਜ ਕੇ ਹੁਸਨ ਦੀ ਬਾਦਸ਼ਾਹ ਅਤੇ ਕਰਮਾਂ ਵਾਲੀ ਮਾਸ਼ਾਅੱਲਾ ਮੈਦਾਨ ਮਾਰਨ ਵਾਲੀ ਹੈ ਐਡੀ ਮੱਝ ਹੋ ਕੇ ਕੋਈ ਧੁੰਨੀ ਕੋਣੀ ਅਤੇ ਕੋਈ ਕੋਲੀ ਕੋਣੀ ਮਾਸ਼ਾਅੱਲਾ ਨਿੱਕੀ ਜਿਹੀ ਧੁੰਨੀ ਤਾਂ ਬਿਲਕੁਲ ਕੋੜੀ ਨਾ ਹੋਣ ਦੇ ਬਰਾਬਰ ਹੈ ਚੈੱਕ ਕਰੋ ਜੀ ਲਾਲਾ ਜੀ ਮਾੜੀ ਛੱਡ ਕੇ ਵਿਖਾਇਆ ਜੀ ਨਿੱਕੀ ਜਿਹੀ ਵੱਖੀ ਹੈ ਝੋਟੀ ਦੀ ਅਤੇ ਬਕਾਇਆ ਹੱਡ ਸ਼ੱਡ ਚੰਗੇ ਨੇ ਕਰਮਾਂ ਜਿਹੜਾ ਬੰਦਾ ਸਮਝਦਾ ਮਾਝ ਨੂੰ ਉਹਨੂੰ ਹੀ ਪਤਾ ਹੋਵੇਗਾ ਇਹਨਾਂ ਇਹਨਾਂ ਹੱਡੀਆਂ ਦਾ ਆਹ ਅਤੇ ਬੜੀ ਖੂਬਸੂਰਤ ਇਹਦੀ ਤੁਰਿਆ ਜੇਗਾ ਅੱਜ ਤੀਕਰ ਹਾਜ਼ਰ ਮੌਕੇ ਖੜੀ ਹੈ ਕੋਈ ਟਾਈਮ ਟੂਮ ਨਹੀਂ ਲੱਗਾ ਕਿਉਂਕਿ ਕੱਲ੍ਹ ਰਾਸ ਹੋਈ ਹੈ ਟੋਇਆ ਟੋਇਆ ਚੰਗੀ ਤਰ੍ਹਾਂ ਅਤੇ ਬੜਾ ਮਾਸ਼ਾਅੱਲਾ ਸੋਹਣਾ ਲਿਬਾਸ ਹੈ ਕਰਮਾਲੀ ਕੋਲ ਸਾਰੇ ਦੁੱਧ ਲੈ ਲੈ ਅਤੇ ਪਿਓਰ ਨੀਲੀ ਦੇ ਇਲਾਕੇ ਦੀ ਹੈ ਪਿਓਰ ਨੀਲੀ ਦੀ ਅਤੇ ਦੂਜਾ ਵਾਰਾ ਸੋਈ ਹੈ ਮਾਸ਼ਾਅੱਲਾ ਅਤੇ ਸੋਹਣੀ ਵੀ ਰੱਜ ਗਈ ਕਰਮਾਲੀ ਅਤੇ ਗਿੱਠ ਗਿੱਠ ਦਾ ਕਰਮਾਲੀ ਚੱਡਾ ਬਾਹਰ ਹੈ ਅਤੇ ਚੰਗੀਆਂ ਵੰਡਾਂ ਅਤੇ ਥਨ ਵੀ ਮੁੱਠ ਮੁੜਦਾ ਚੈੱਕ ਕਰ ਲਓ ਅਤੇ ਮਗਰ ਕੱਟਿਆ ਜੀ ਆ ਜਿਹੜਾ ਮਾਸ਼ਾਅੱਲਾ ਕੱਟਾ ਵੀ ਮਾਸ਼ਾਅੱਲਾ ਬੜਾ ਸੋਹਣਾ ਹੈ ਜੀ ਸਿੱਧੀ ਵੀ ਚਾਰ ਤਰੀਫ ਕਰੋ ਉੱਨੀ ਥੋੜ੍ਹੀ ਹੈ ਮਾਸ਼ਾਅੱਲਾ ਬੜੀ ਸੋਹਣੀ ਹੈ ਅਤੇ ਸਿੰਘ ਥੋੜ੍ਹਾ ਜਿਹਾ ਖੁੱਲ੍ਹਾ ਕਰਕੇ ਮੁੜਦੀ ਵੀ ਹੈ ਚੂਰ ਕੁੰਡਾ ਕਿਉਂਕਿ ਥੋੜ੍ਹਾ ਜਿਹਾ ਖੁੱਲ੍ਹਾ ਕਰਕੇ ਅਤੇ ਚਿੱਟੀਆਂ ਹੀ ਅੱਖਾਂ ਨੇ ਝੋਟੀ ਦੀਆਂ ਮਾਸ਼ਾਅੱਲਾ ਹੱਡੀਆਂ ਬੜੀਆਂ ਸੋਹਣੀਆਂ ਨੇ ਕੱਦ ਬੜਾ ਹੈਗਾ ਹੁਸਨ ਦੀ ਬਾਦਸ਼ਾਹ ਪਿਓਰ ਨੀਲੀ ਦਾ ਤੋਹਫਾ ਹੈ ਮਾਸ਼ਾਅੱਲਾ ਦੂਜਨ ਝੋਟੀ ਹੈ ਅਤੇ ਇਸ ਟਾਈਮ ਬੋਲੇ ਵਿੱਚ ਹੈਗੀ ਹੈ ਕੱਲ੍ਹ ਰਾਤ ਸੋਈ ਹੈ ਬਈ ਮੌਸਮ ਨੂੰ ਰਾਇਆ ਸਾਹਮਣੇ ਆਇਆ ਮਾੜਾ ਜਿਹਾ ਇੱਥੇ ਖਲੋਇਆ ਜੀ ਇਹਦਾ ਅਸਲਾਮ ਵਾਲੇਕਮ ਜੀ ਅੱਛਾ ਲਾਲਾ ਜੀ ਆਪਦਾ ਨੰਬਰ ਦਿਆ ਜੀ ਫੋਨ ਨੰਬਰ 47 ਉੱਚੀ ਬੋਲਿਆ ਥੋੜ੍ਹਾ ਜਿਹਾ 47 44 44 44 ਹਾਂਜੀ ਅੱਗੇ 258 ਵਟਸਐਪ ਹੈਗੀ ਇਸ ਨੰਬਰ 'ਤੇ ਚਲੋ ਬਸ ਠੀਕ ਹੈ ਵਟਸਐਪ ਦਾ ਕੋਈ ਮਸਲਾ ਹੈਗਾ ਅੱਛਾ ਲਾਲਾ ਜਿਹੜੀ ਆ ਝੋਟੀ ਆਪਣੇ ਉਹ ਕਿਹੜੇ ਇਲਾਕੇ ਦੀ ਹੈ ਨੀਲੀ ਦੀ ਖਾਸ ਨੀਲੀ ਦੀ ਅਤੇ ਕਿੰਨਵਾਂ ਵਾਰਾ ਸੋਈਏ ਦੂਜਾ ਵਾਰਾ ਸੋਈਏ ਅਤੇ ਮਾਸ਼ਾਅੱਲਾ ਦੂਜਾ ਵਾਰਾ ਸੋਈਏ ਕਰਮਾਲੀ ਕਿੱਦਣ ਸੋਈਏ
ਕੱਲ ਰਾਤ ਸੋਈ ਹੈ। ਇਸ ਟਾਈਮ ਬੋਲੇ ਵੇਚੀ ਹੈ ਤੇ ਕਿੰਨਾ ਬੋਲਾ ਹੈਗਾ ਇਸ ਟਾਈਮ ਥੱਲੇ? ਬਾਰਾਂ ਚੌਦਾਂ ਕਿਲੋ ਬੋਲਿਆ ਤੇ ਮਾਸ਼ਾਅੱਲਾ ਬੋਲੇ ਚ ਹੈਗੀ ਹੈ ਦੁੱਧ ਚੰਗਾ 18-19 ਸਰ ਕਰਨ ਵਾਲੀ ਹੈਗੀ 20 ਕਿਲੋ ਦੁੱਧ ਕਰਨ ਵਾਲੀ ਕਰਨ ਵਾਲੇ ਜੀ ਠੀਕ ਹੋ ਗਿਆ। ਅੱਛਾ ਲਾਲਾ ਝੋਟੀ ਤੇਰੀ ਵੇਖ ਲਈਏ, ਮਾਸ਼ਾਅੱਲਾ ਸੋਹਣੀ ਹੈ, ਖੂਬਸੂਰਤ ਬੜੀ, ਤੇ ਕੀ ਕਰਮਲ ਦਾ ਲਿਖਾ ਲੁਖਾ ਲੈਣਾ? ਪੱਕਾ ਜਿਹਾ ਮੁੱਲ ਕਰਨਾ ਆਪਾਂ ਜਿੰਨੇ ਦੀ ਦੇਣੀ? 8 ਲੱਖ? 8 ਬਹੁਤ ਹੈ ਯਾਰ, ਪੱਕਾ ਮੁੱਲ ਕਰ ਮੈਂ ਚੰਗੀ ਤੇਰੀ ਮਾਸ਼ਾਅੱਲਾ ਵੇਖ ਲਈਏ। 8 ਲੱਖ? 8 ਲੱਖ ਮੁੱਲ ਬਹੁਤ ਹੈ, ਕੋਈ ਜਾਇਜ਼ ਨਾ ਸਰਕਾਰ ਤੋਂ ਕੋਈ ਲੈਣ ਦੇਣ ਵਾਲੀ ਗੱਲ ਕਰਦੇ ਪੱਕੀ? ਹੋਰ ਕੋਈ ਘਾਟਾ ਵਾਧਾ? ਅੱਛਾ ਜੀ ਜੀ ਠੀਕ ਹੋ ਗਿਆ ਜੀ। 8 ਲੱਖ ਰੁਪਇਆ ਡਿਮਾਂਡ ਹੈ ਤੇ ਮਾਸ਼ਾਅੱਲਾ ਮੈਂ ਤੋੜ ਕੇ ਹੋਰ ਥੋੜ੍ਹੀ ਵਿਖਾਇਆ ਜੀ ਯਾਰ, ਤੇ ਸ਼ੱਕ ਵੀ ਕੋਈ ਨਹੀਂ ਹੈਗਾ ਝੂਠੀ ਜੀ। ਮਾਸ਼ਾਅੱਲਾ ਬੜੀ ਖੂਬਸੂਰਤ ਤੇ ਸੁਥਰੀ ਹੈ ਕਰਮਾਂ ਦੀ। ਚੈੱਕ ਕਰੋ ਜੀ ਇਨਸ਼ਾਅੱਲਾ ਮਿਲ ਜੀ ਅਗਲੀ ਵੀਡੀਓ ਚ। ਆਪਣਾ ਖਿਆਲ ਰੱਖੇਗਾ, ਅੱਲਾਹ ਹਾਫਿਜ਼।